ਤੜਕੇ ਸਵੇਰੇ ਸਵੇਰੇ ਅੱਜ ਪੈਟਰੋਲ ਪੰਪ ਦੇ ਉੱਤੇ ਇੱਕ ਲੁੱਟ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਦੋ ਨਕਾਬ ਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਰੀਬ 80,000 ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋਏ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਤੜਕੇ ਸਵੇਰੇ ਸਵੇਰੇ ਪੈਟਰੋਲ ਪੰਪ ਦੇ ਉੱਤੇ ਜੋ ਮੁਲਾਜ਼ਮ ਸੀ ਪੈਟਰੋਲ ਪੰਪ ਦਾ, ਉਹ ਕੰਮ ਦੇ ਵਿੱਚ ਵਿਅਸਤ ਸੀ, ਤਾਂ ਪਿੱਛੋਂ ਦੀ ਨਿਕਲ ਕੇ ਦੋ ਨਕਾਬ ਪੋਸ਼ ਬਦਮਾਸ਼ ਆਉਂਦੇ ਨੇ ਅਤੇ ਸਿੱਧਾ ਹੀ ਆ ਕੇ ਪੰਪ ਦਾ ਜੋ ਦਫ਼ਤਰ ਹੁੰਦਾ ਉਸਦੇ ਅੰਦਰ ਵੜ ਜਾਂਦੇ ਨੇ ਅਤੇ ਉਸਦੇ ਵਿੱਚ ਪਈ ਨਕਦੀ ਨੂੰ ਲੈ ਕੇ ਮੌਕੇ ਤੋਂ ਜਿਵੇਂ ਹੀ ਫਰਾਰ ਹੋਣ ਲੱਗਦੇ ਨੇ ਤਾਂ ਤੁਰੰਤ ਉਸਨੂੰ ਪੰਪ ਦਾ ਜੋ ਮੁਲਾਜ਼ਮ ਹੈ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਦੋਵੇਂ ਹੀ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਪ ਦੇ ਉੱਤੇ ਇੱਕ ਟਰੱਕ ਖੜ੍ਹਾ ਨਜ਼ਰ ਆ ਰਿਹਾ ਅਤੇ ਠੀਕ ਇਸ ਦੇ ਨਾਲ ਹੀ ਜੋ ਮੁਲਾਜ਼ਮ ਹੈ ਪੰਪ ਦਾ, ਉਹ ਇਸ ਦੇ ਵਿੱਚ ਤੇਲ ਭਰ ਰਿਹਾ। ਹਾਲਾਂਕਿ ਜਿਵੇਂ ਹੀ ਉਹ ਤੇਲ ਭਰਨ ਲੱਗਦਾ ਹੈ ਤਾਂ ਠੀਕ ਉਸਦੇ ਪਿੱਛੋਂ ਦੀ ਦੋਵੇਂ ਨਕਾਬ ਪੋਸ਼ ਬਦਮਾਸ਼ ਨਿਕਲਦੇ ਨਜ਼ਰ ਆ ਰਹੇ ਨੇ ਅਤੇ ਸਿੱਧਾ ਹੀ ਜਾ ਕੇ ਜੋ ਪੈਟਰੋਲ ਪੰਪ ਦਾ ਮੇਨ ਆਫਿਸ ਹੁੰਦਾ ਉਸਦੇ ਅੰਦਰ ਦਾਖਲ ਹੁੰਦੇ ਨੇ ਅਤੇ ਉਸਦੇ ਵਿੱਚ ਜੋ ਨਕਦੀ ਪਈ ਹੁੰਦੀ ਹੈ ਉਸਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਿਵੇਂ ਹੀ ਪੰਪ ਦਾ ਜੋ ਮੁਲਾਜ਼ਮ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਭੱਜਦੇ ਹੋਏ ਵੀ ਸਾਫ਼ ਦੇਖੇ ਜਾ ਸਕਦੇ ਨੇ। ਤਾਂ ਦੱਸ ਦਈਏ ਕਿ ਵਾਰਦਾਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਲੁਟੇਰਿਆਂ ਨੇ ਸਵੇਰੇ ਸਵੇਰੇ ਇੱਕ ਪੰਪ ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 80,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਹਾਲਾਂਕਿ ਹੁਣ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਮਣੀ ਵੀਰੇ, ਘਟਨਾ ਬਈ ਸਵੇਰੇ ਪੈਸੇ ਲੈ ਹੋ ਗਏ ਮੋੜਾਂ ਕੋਈ 70-80 ਹਜ਼ਾਰ। ਲੁੱਟ ਦੋ ਜਾਣੇ ਆਏ ਸੀ ਬਾਈ, ਮੂੰਹ ਬੰਨੇ ਸੀ, ਨਹੀਂ ਆਏ ਤਾਂ ਨਹੀਂ ਪਤਾ ਵੀਰੇ, ਹਥਿਆਰ ਤਾਂ ਹੋਊਗਾ ਹੀ ਜਦੋਂ ਅਗਲੇ ਆਏ ਹੋਊਗਾ 5:30 ਵਜੇ ਦਾ। ਸਕਿਉਰਟੀ ਗਾਰਡ ਬਾਥਰੂਮ ਗਿਆ ਸੀ, ਸਵੇਰ ਦੀ ਨਾਈਟ ਵਾਲਾ ਮੁੰਡਾ ਹੁੰਦਾ ਬਾਈ, ਪੰਪ ਦਾ ਨਾ MR ਰਵੀ ਕੁਮਾਰ ਮੰਗੇ ਦਾ ਬਾਈ। ਤੜਕੇ ਸਵੇਰੇ ਸਵੇਰੇ ਅੱਜ ਪੈਟਰੋਲ ਪੰਪ ਦੇ ਉੱਤੇ ਇੱਕ ਲੁੱਟ ਦੀ ਵਾਰਦਾਤ ਵਾਪਰੀ ਹੈ। ਕਿਹਾ ਜਾ ਰਿਹਾ ਕਿ ਦੋ ਨਕਾਬ ਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਰੀਬ 80,000 ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋਏ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਤੜਕੇ ਸਵੇਰੇ ਸਵੇਰੇ ਪੈਟਰੋਲ ਪੰਪ ਦੇ ਉੱਤੇ ਜੋ ਮੁਲਾਜ਼ਮ ਸੀ ਪੈਟਰੋਲ ਪੰਪ ਦਾ, ਉਹ ਕੰਮ ਦੇ ਵਿੱਚ ਵਿਅਸਤ ਸੀ, ਤਾਂ ਪਿੱਛੋਂ ਦੀ ਨਿਕਲ ਕੇ ਦੋ ਨਕਾਬ ਪੋਸ਼ ਬਦਮਾਸ਼ ਆਉਂਦੇ ਨੇ ਅਤੇ ਸਿੱਧਾ ਹੀ ਆ ਕੇ ਪੰਪ ਦਾ ਜੋ ਦਫ਼ਤਰ ਹੁੰਦਾ ਉਸਦੇ ਅੰਦਰ ਵੜ ਜਾਂਦੇ ਨੇ ਅਤੇ ਉਸਦੇ ਵਿੱਚ ਪਈ ਨਕਦੀ ਨੂੰ ਲੈ ਕੇ ਮੌਕੇ ਤੋਂ ਜਿਵੇਂ ਹੀ ਫਰਾਰ ਹੋਣ ਲੱਗਦੇ ਨੇ ਤਾਂ ਤੁਰੰਤ ਉਸਨੂੰ ਪੰਪ ਦਾ ਜੋ ਮੁਲਾਜ਼ਮ ਹੈ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਦੋਵੇਂ ਹੀ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਪ ਦੇ ਉੱਤੇ ਇੱਕ ਟਰੱਕ ਖੜ੍ਹਾ ਨਜ਼ਰ ਆ ਰਿਹਾ ਅਤੇ ਠੀਕ ਇਸ ਦੇ ਨਾਲ ਹੀ ਜੋ ਮੁਲਾਜ਼ਮ ਹੈ ਪੰਪ ਦਾ, ਉਹ ਇਸ ਦੇ ਵਿੱਚ ਤੇਲ ਭਰ ਰਿਹਾ। ਹਾਲਾਂਕਿ ਜਿਵੇਂ ਹੀ ਉਹ ਤੇਲ ਭਰਨ ਲੱਗਦਾ ਹੈ ਤਾਂ ਠੀਕ ਉਸਦੇ ਪਿੱਛੋਂ ਦੀ ਦੋਵੇਂ ਨਕਾਬ ਪੋਸ਼ ਬਦਮਾਸ਼ ਨਿਕਲਦੇ ਨਜ਼ਰ ਆ ਰਹੇ ਨੇ ਅਤੇ ਸਿੱਧਾ ਹੀ ਜਾ ਕੇ ਜੋ ਪੈਟਰੋਲ ਪੰਪ ਦਾ ਮੇਨ ਆਫਿਸ ਹੁੰਦਾ ਉਸਦੇ ਅੰਦਰ ਦਾਖਲ ਹੁੰਦੇ ਨੇ ਅਤੇ ਉਸਦੇ ਵਿੱਚ ਜੋ ਨਕਦੀ ਪਈ ਹੁੰਦੀ ਹੈ ਉਸਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਿਵੇਂ ਹੀ ਪੰਪ ਦਾ ਜੋ ਮੁਲਾਜ਼ਮ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਭੱਜਦੇ ਹੋਏ ਵੀ ਸਾਫ਼ ਦੇਖੇ ਜਾ ਸਕਦੇ ਨੇ। ਤਾਂ ਦੱਸ ਦਈਏ ਕਿ ਵਾਰਦਾਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਲੁਟੇਰਿਆਂ ਨੇ ਸਵੇਰੇ ਸਵੇਰੇ ਇੱਕ ਪੰਪ ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 80,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਹਾਲਾਂਕਿ ਹੁਣ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੀ ਨਾਮ ਆ ਤੁਹਾਡਾ? ਮਣੀ ਵੀਰੇ। ਤੇ ਕੀ ਕਰਨਾ ਹੋਈ ਆ? ਕਰਨਾ ਬਾਈ ਸਵੇਰੇ ਪੈਸੇ ਲੈ ਹੋ ਗਏ, ਹੋਣਾ ਕੋਈ 70-80 ਹਜ਼ਾਰ। ਲੁੱਟ ਹੋਈ ਕਿਵੇਂ ਆ? ਲੁੱਟ ਦੋ ਜਾਣੇ ਆਏ ਸੀ ਬਾਈ, ਮੂੰਹ ਬੰਨੇ ਸੀ। ਨਹੀਂ ਆਏ ਤਾਂ ਨਹੀਂ ਪਤਾ ਵੀਰੇ, ਹਥਿਆਰ ਤਾਂ ਹੋਊਗਾ ਹੀ ਜਦੋਂ ਅਗਲੇ ਆਏ ਆ। ਹੋਊਗਾ 5:30 ਵਜੇ ਦਾ। ਸਕਿਉਰਟੀ ਗਾਰਡ ਬਾਥਰੂਮ ਗਿਆ ਸੀ। ਸਵੇਰ ਦੀ ਨਾਈਟ ਵਾਲਾ ਮੁੰਡਾ ਹੁੰਦਾ ਬਾਈ, ਪੰਪ ਦਾ ਨਾਂ ਐਮ ਆਰ ਰਵੀ ਕੁਮਾਰ ਮੰਗੇ ਦਾ ਬਾਈ। ਨਹੀਂ ਬਾਈ, ਪਛਾਣ ਚ ਤਾਂ ਕੋਈ ਨੀ, ਉਹ ਬੰਨੇ ਸੀ।